ਜਿਹੜਾ ਗੁਰੂ ਵਾਸਤੇ ਸਮਰਪਿਤ ਹੋ ਗਿਆ ਹੈ ਉਹ ਦੇਸ਼ ਕੌਮ ਤੋਂ ਧਰਮ ਤੋਂ ਆਪਣੀ ਜਾਨ ਕੁਰਬਾਨ ਕਰ ਸਕਦਾ ਹੈ, ਉਹ ਦੇਸ਼ ਵਾਸਤੇ ਸ਼ਹੀਦ ਹੋ ਸਕਦਾ ਹੈ ਜਿਹਨੇ ਆਪਣਾ ਆਪ ਗਵਾ ਦਿੱਤਾ, ਸਮਰਪਣ ਕਰ ਦਿੱਤਾ। ਸ਼ਹੀਦੀ ਜੋੜ ਮੇਲਾ ਆਪਾਂ ਮਨਾ ਰਹੇ ਹਾਂ ਨਾ, ਭਾਵੇਂ ਦੋ ਹੀ ਸਨ ਪਰ ਨਿਸ਼ਚੇ ਕਰ ਲਿਆ ਕਿ ਖਾਲਸੇ ਦਾ ਰਾਜ ਆ ਗਿਆ। ਉਹਨਾਂ ਨੇ ਆਰਡਰ ਛੱਡ ਦਿੱਤਾ ਅਤੇ ਫਿਰ ਪਿੱਛੇ ਨਹੀਂ ਹਟੇ, ਲੜਦੇ ਲੜਦੇ ਸ਼ਹੀਦੀਆਂ ਪ੍ਰਾਪਤ ਕੀ ਨਾ ਇਸੇ ਸਥਾਨ 'ਤੇ। ਉਹਨਾਂ ਨੇ ਇੱਧਰ ਕਿਹੜੀ ਐਸੀ ਸ਼ਕਤੀ ਆ ਗਈ, ਕਿਹੜਾ ਐਸਾ ਬਲ ਆ ਗਿਆ ਸੀ ਉਹਨਾਂ ਦੇ ਅੰਦਰ, ਸਮਰਪਣ ਭਾਵ ਆ ਗਿਆ ਸੀ, ਉਹ ਗੁਰੂ ਵਾਸਤੇ ਸਮਰਪਿਤ ਹੋ ਚੁੱਕੇ ਸਨ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ। ਜਿਹੜੇ ਐਸੇ ਪੁਰਸ਼ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਅਤੀ ਰੱਥੀ ਸੂਰਮਾ, ਜਿਨ੍ਹਾਂ ਨੇ ਸਾਰਾ ਕੁਝ ਆਪਣਾ ਗੁਰੂ ਦੇ ਅਰਪਣ ਕਰ ਦਿੱਤਾ ਹੋਵੇ। ਤਨਵੇਂ ਮਾਨਵੀਂ ਅਤੇ ਧਨਵੇਂ, ਧਨ ਕਰਕੇ ਗੁਰੂ ਦਾ ਹੋ ਗਿਆ ਹੋਵੇ, ਮਨ ਕਰਕੇ ਗੁਰੂ ਦਾ ਹੋ ਗਿਆ ਹੋਵੇ, ਅਤੇ ਜੇ ਕਿਤੇ ਤਨ ਦੀ ਲੋੜ ਪੈ ਜੇ ਅਤੇ ਤਨ ਵੀ ਸਮਰਪਣ ਕਰ ਸਕਦਾ ਹੋਵੇ। ਜਾਓ ਤਾਂ ਉਹ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਕਿਹੜੀ ਗਲੀ ਹੈ, ਇਹ ਕਿਹੜਾ ਰਸਤਾ ਹੈ, ਇਹ ਹੈ ਪ੍ਰੇਮ ਦਾ ਰਸਤਾ, ਇਹ ਹੈ ਸਮਰਪਣ ਭਾਵ ਦਾ ਰਸਤਾ। ਆਪਣੇ ਆਪ ਨੂੰ ਸਮਰਪਣ ਕਰਨਾ, ਆਪਣੇ ਆਪ ਦਾ ਤਿਆਗ ਕਰ ਦੇਣਾ, ਭਾਵ ਸਾਰਾ ਕੁਝ ਗੁਰੂ ਦੇ ਅਰਪਣ ਕਰ ਦੇਣਾ। ਅਤੇ ਜਿਹੜਾ ਅਰਪਣ ਕਰ ਦੇਵੇ, ਸਾਰਾ ਕੁਝ ਛੱਡ ਦੇਵੇ, ਉਹ ਸੰਸਾਰ ਤੋਂ ਅਲੱਗ ਹੋਇਆ ਕਰਦਾ। ਉਹਨਾਂ ਦੀ ਚਾਲ ਨਿਰਾਲੀ ਆ, ਉਹਨਾਂ ਦਾ ਮਾਰਗ ਹੋ ਰਿਹਾ, ਉਹ ਬੜਾ ਮਾਰਗ ਸੁਹਾਵਣਾ ਵੀ ਹੈ ਔਰ ਕਠਿਨ ਵੀ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹੈ ਕੇਰੀ ਬਿਖਮ ਮਾਰਗ ਚੱਲਣਾ। ਉਹ ਨਿਰਾਲੀ ਚਾਲ ਕਿਹੜੀ ਹੈ, ਭਗਤਾਂ ਦੀ ਅਤੇ ਸੰਸਾਰਿਆਂ ਦੀ ਜਿਹੜੀ ਚਾਲ ਹੈ, ਜਿਹੜਾ ਰਸਤਾ ਹੈ, ਜਿਹੜਾ ਮਾਰਗ ਹੈ, ਉਹ ਵੱਖਰਾ ਵੱਖਰਾ ਹੈ, ਦੋਵੇਂ ਚੀਜ਼ਾਂ ਨਹੀਂ ਆਉਂਦੀਆਂ। ਭਗਤਾਂ ਅਤੇ ਸੈਸਾਰੀਆ ਜੋੜ ਕਦੇ ਨਾ ਆਇਆ, ਇੱਕ ਪਾਸੇ ਭਗਤ ਹੋਵੇ, ਇੱਕ ਸੰਸਾਰੀ ਸੰਸਾਰੀ ਵਿਰਤੀ ਹੋਵੇ, ਅਤੇ ਦੋਨਾਂ ਚੀਜ਼ਾਂ ਕਿਵੇਂ ਰਹਿ ਜਾਣਗੀਆਂ। ਜਿਹੜਾ ਭਗਤ ਹੁੰਦਾ ਨਾ, ਪੂਰਨ ਭਗਤ, ਪੂਰਨ ਸੂਰਬੀਰ, ਉਹ ਫਿਰ ਸੰਸਾਰ ਦਾ ਮੋਹ ਨਹੀਂ ਕਰਦਾ, ਸੰਸਾਰ ਉਸ ਸੰਸਾਰ ਵੱਲ ਉਸਦਾ ਮਨ ਨਹੀਂ ਜਾਂਦਾ, ਸੰਸਾਰ ਦੇ ਵਿਸ਼ੇ ਉਸਨੂੰ ਸਪਰਸ਼ ਨਹੀਂ ਕਰ ਸਕਦੇ, ਕਿਉਂਕਿ ਚਾਲ ਨਿਰਾਲੀ ਆ। ਚਾਲ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ, ਉਹ ਬਿਖਮ ਮਾਰਗ ਆ, ਬੜਾ ਕਠਿਨ ਮਾਰਗ ਆ। ਉਹ ਕਿਹੜਾ ਮਾਰਗ ਆ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨੇ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਮਾਰਗ ਬੜਾ ਕਠਿਨ ਆ, ਮਾਨ ਮੋਹ ਮੇਰ ਤੇਰ ਵਿਵਰਜਿਤ ਇਹ ਮਾਰਗ ਖੰਡੇ ਧਾਰ, ਇਹ ਵੀ ਵਚਨ ਆਉਂਦਾ ਸਤਿਗੁਰਾਂ ਦਾ ਕਿ ਖੰਡੇ ਦੀ ਧਾਰਾ ਵਰਗਾ ਇਹ ਮਾਰਗ ਹੈ, ਕੋਈ ਸੌਖੀ ਗੱਲ ਨਹੀਂ ਹੈ ਸ਼ਹੀਦੀ ਪ੍ਰਾਪਤ ਕਰ ਜਾਣੀ, ਸਮਰਪਣ ਹੋ ਜਾਣਾ। ਕਹਿਣਾ ਬੜਾ ਸੌਖਾ ਅਤੇ ਸੁਣਨਾ ਵੀ ਬੜਾ ਸੌਖਾ ਹੈ, ਪਰ ਉਸਨੂੰ ਕਮਾਉਣਾ ਬੜਾ ਔਖਾ ਹੈ। ਕੋਈ ਕੋਈ ਕਮਾ ਸਕਦਾ ਹੈ, ਸਾਰੇ ਭਗਤ ਨਹੀਂ ਹੁੰਦੇ, ਮੁਰਦੇ ਤਾਂ ਸਾਰੇ ਹੀ ਦੇਖਦੇ ਹਨ, ਪਰ ਸਾਰੇ ਮਹਾਤਮਾ ਬੁੱਧ ਨਹੀਂ ਹੋ ਜਾਂਦੇ। ਉਹਨਾਂ ਨੇ ਇੱਕੇ ਦਿਨ ਮੁਰਦਾ ਦੇਖਿਆ ਸੀ, ਆਪਾਂ ਵੀ ਰੋਜ਼ ਦੇਖਦੇ ਹਾਂ, ਪਰ ਕੀ ਸਾਰੇ ਭਗਤ ਹੋ ਗਏ, ਸਾਰੇ ਮਹਾਤਮਾ ਬੁੱਧ ਹੋ ਗਏ? ਨਹੀਂ ਹੋ ਜਾਂਦੇ, ਕੋਈ ਵਿਰਲਾ ਆਉਂਦਾ ਹੈ, ਹੈਣ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਆਪਣਾ ਆਪ ਦੇਸ ਨੇ ਤਿਆਗ ਦਿੱਤਾ, ਉਹ ਮਾਰਗ ਬੜਾ ਕਠਿਨ ਹੈ, ਬੜਾ ਨਿਰਾਲਾ ਹੈ, ਲੱਭ ਲੋਭ ਤੋਂ ਅਹੰਕਾਰ ਤੋਂ ਰਹਿਤ ਹੋਣ ਵਾਲਾ ਹੈ। ਬਾਬੇ ਫਰੀਦ ਜੀ ਨੇ ਵੀ ਕਹਿ ਦਿੱਤਾ ਨਾ ਕਿ ਵਾਟ ਹਮਾਰੀ ਖਰੀ ਉਡੀਣੀ, ਖੰਨੇ ਉਹ ਤਿੱਖੀ ਬਹੁਤ ਪੀਣੀ, ਖੰਨੇ ਨਾਲੋਂ ਤਿੱਖੀ ਹੈ ਅਤੇ ਬਹੁਤ ਪੀਣੀ ਮਤਲਬ ਬਹੁਤ ਪਤਲੀ ਹੈ, ਵਾਲ ਨਾਲੋਂ ਤਿੱਖੀ ਆ। ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੁਭਾਰ ਸਵੇਰਾ,
ਫਰੀਦ ਜੀ ਕਹਿੰਦੇ ਹਨ ਕਿ ਇਹ ਸੰਸਾਰ ਦੇ ਲੋਕੋ ਆਪਣੇ ਆਪ ਨੂੰ ਕਹਿੰਦੇ ਹੋਏ ਸਾਰਿਆਂ ਨੂੰ ਸੰਬੋਧਨ ਕਰਦੇ ਹਨ ਕਿ ਹੇ ਫਰੀਦ ਰਸਤਾ ਸੰਭਾਲ ਲੈ, ਹੇ ਸ਼ੇਖ ਫਰੀਦ ਪੰਥ ਸੰਭਾਰ। ਸਵੇਰਾ ਅਜੇ ਸਵੇਰਾ ਹੈ, ਭਾਵ ਅਜੇ ਤੇਰੀ ਉਮਰ ਬਾਕੀ ਹੈ, ਅਜੇ ਤੇਰੇ 'ਤੇ ਬਾਲਪਨ ਹੈ, ਅਜੇ ਤੇਰੇ 'ਤੇ ਜਵਾਨੀ ਹੈ। ਜਦੋਂ ਉਹ ਨਿਕਲ ਗਈ ਫਿਰ ਤੇਰੇ ਕੋਲ ਸੰਭਾਲਿਆ ਨਹੀਂ ਜਾਣਾ, ਫਿਰ ਇਹਨਾਂ ਇੰਦਰੀਆਂ ਨੇ ਕੰਮ ਨਹੀਂ ਕਰਨਾ। ਜਿਨ੍ਹਾਂ ਇੰਦਰੀਆਂ ਦੇ ਪਿੱਛੇ ਲੱਗ ਕਰਕੇ ਸੰਸਾਰੀ ਲੋਕ ਆਪਣਾ ਸਾਰਾ ਜੀਵਨ ਬਰਬਾਦ ਕਰ ਲੈਂਦੇ ਹਨ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਾ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਹੀਰਾ ਕਿਸ ਕਾ ਵਾਪਰਾ, ਪੁੱਜੇ ਨਾ ਰਤਨ ਕਰੋੜ, ਕਰੋੜਾਂ ਰਤਨ ਵੀ ਇਸ ਦੇ ਬਰਾਬਰ ਨਹੀਂ ਪਹੁੰਚ ਸਕਦੇ। ਜਦੋਂ ਆਪਣਾ ਅੰਤਮ ਸਮਾਂ ਆ ਗਿਆ ਅਤੇ ਉਸ ਸਮੇਂ ਜੇ ਆਪਾਂ ਚਾਹੀਏ ਕਿ ਸਾਨੂੰ ਇੱਕ ਦੋ ਸਵਾਸ ਵੀ ਹੋਰ ਮਿਲ ਜਾਣ ਅਤੇ ਕਰੋੜਾਂ ਰੁਪਈਆਂ ਦੇ ਬਦਲੇ ਵੀ ਆਪਾਂ ਨੂੰ ਪ੍ਰਾਪਤ ਨਹੀਂ ਹੋ ਸਕਦੇ। ਇਹ ਅੱਖਾਂ, ਇਹ ਕੰਨ, ਇਹ ਜੇਬਾਂ ਜਿਨ੍ਹਾਂ ਦੀ ਕੋਈ ਵੀ ਕੀਮਤ ਨਹੀਂ ਹੈ। ਕਿਸੇ ਕਵੀ ਨੇ ਬੜਾ ਸੁੰਦਰ ਕਿਹਾ ਹੈ ਕਿ ਹਰ ਸਿਮਰਨ ਕੋ ਜਿਹਵਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ। 24,000 ਖਰਚ ਬੰਦੇ ਦਾ ਆਮਦ ਮੂਲ ਨਾ ਥੀਵੈ, ਜਿਸ ਬੰਦੇ ਕੋ ਇੰਨਾ ਘਾਟਾ ਸਿਓ ਬੰਦਾ ਕਿਵ ਜੀਵੈ। ਆਪਣਾ ਹਰ ਰੋਜ਼ 24,000 ਸਵਾਸ ਖਰਚ ਹੋ ਰਿਹਾ, ਪਰ ਆਪਾਂ ਨੂੰ ਉਸ ਵੱਲ ਨਜ਼ਰ ਨਹੀਂ ਜਾਂਦੀ। ਜਾਂਦੀ ਵੀ ਆ ਅਤੇ ਇਕਾਗਰਤਾ ਨਹੀਂ ਬਣਦੀ। ਇੰਨਾ ਖਰਚ, ਇੰਨਾ ਘਾਟਾ, ਆਪਾਂ ਨੂੰ ਵੈਸੇ ਕੋਈ ਘਾਟਾ ਪੈ ਜਾਏ ਤਾਂ ਆਪਣੇ ਹੋਸ਼ ਉੱਡ ਜਾਂਦੇ ਹਨ, ਪਰ ਸਭ ਤੋਂ ਵੱਡਾ ਘਾਟਾ ਜੋ ਹਰ ਰੋਜ਼ ਆਪਾਂ ਖਾ ਰਹੇ ਹਾਂ, ਉਸ ਵੱਲ ਕੋਈ ਕੋਈ ਧਿਆਨ ਦਿੰਦਾ ਹੈ? ਅਤੇ ਜਿਹੜਾ ਦਿੰਦਾ ਹੈ ਨਾ, ਉਹੀ ਭਗਤ ਕਹਾਉਂਦਾ ਹੈ, ਉਹੀ ਸੂਰਮਾ ਕਹਾਉਂਦਾ ਹੈ, ਉਹੀ ਦਾਨੀ ਕਹਾਉਂਦਾ ਹੈ। ਅਤੇ ਐਸਾ ਜਿਹੜਾ ਮਾਰਗ ਹੈ, ਜਿਹੜਾ ਉਸ ਮਾਰਗ 'ਤੇ ਚੱਲਦਾ ਹੈ, ਅਤੇ ਉਸ ਮਾਰਗ 'ਤੇ ਚੱਲਣ ਵਾਸਤੇ ਸਾਨੂੰ ਤਾਕੀਦ ਕੀਤੀ ਹੈ ਕਿ ਸਾਡਾ ਇਹ ਅਮੋਲਕ ਖਜ਼ਾਨਾ ਜੋ ਸਾਨੂੰ ਮਿਲਿਆ ਹੈ, ਇਹ ਭਗਤ ਕਬੀਰ ਸਾਹਿਬ ਜੀ ਦੇ ਬੜੇ ਸੁੰਦਰ ਵਚਨ ਹਨ ਕਿ ਕਿਵੇਂ ਤਰ੍ਹਾਂ, ਕਿਸ ਤਰ੍ਹਾਂ ਬੀਤਦਾ ਜਾ ਰਿਹਾ ਹੈ। ਉਹ ਕਹਿੰਦੇ ਹਨ, 12 ਸਾਲ ਬਾਲਪਨ ਬੀਤੇ, 20 ਵਰਸ਼ ਕਸ਼ ਤਪ ਨਾ ਕੀਓ, 30 ਵਰਸ਼ ਕਸ਼ ਦੇਵ ਨਾ ਪੂਜਾ, ਅਬ ਪਛਤਾਨਾ ਬਿਰਧ ਭਏ, ਅਬ ਪਛਤਾਨਾ ਬਿਰਧ ਭਇਓ। 12 ਸਾਲ ਬਾਲਪਨ ਬੀਤੇ, ਜਿਹੜੇ ਸਰੀਰ ਦੇ ਮੁੱਢਲੇ 12 ਸਾਲ ਹਨ ਉਹ ਬਚਪਨ ਵਿੱਚ ਬਤੀਤ ਹੋ ਜਾਂਦੇ ਹਨ। 20 ਵਰਸ਼ ਕਸ਼ ਤਪ ਨਾ ਕੀਓ, 12 ਤੋਂ ਅਗਲੇ ਵਾਲੇ ਜਿਹੜੇ ਵੀ ਹਨ ਉਹਨਾਂ 20 ਸਾਲਾਂ ਵਿੱਚ ਕੋਈ ਜਪ ਤਪ ਨਹੀਂ ਕੀਤਾ, ਕੋਈ ਅਨੁਸ਼ਠਾਨ ਨਹੀਂ ਕੀਤਾ, ਕੋਈ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। 12 ਸਾਲ ਬਾਲਪਨ ਬੀਤੇ, 20 ਵਰਸ਼ ਕਸ਼ ਤਪ ਨਾ ਕੀਓ, 30 ਵਰਸ਼ ਕਸ਼ ਦੇਵ ਨਾ ਪੂਜਾ। ਉਸ ਤੋਂ ਅੱਗੇ ਵਾਲੇ ਜਿਹੜੇ 30 ਸਾਲ ਹਨ, ਪਹਿਲੇ ਵਾਲੇ 12 ਸਾਲ, ਉਸ ਤੋਂ ਅੱਗੇ 20 ਸਾਲ ਕੁਝ ਨਹੀਂ ਕੀਤਾ, ਭਾਵ 32 ਸਾਲ ਤੱਕ, ਔਰ 30 ਵਰਸ਼ ਕਸ਼ ਦੇਵ ਨਾ ਪੂਜਾ। ਉਸ ਤੋਂ ਅੱਗੇ ਵਾਲੇ ਜਿਹੜੇ 30 ਹਨ, ਭਾਵ 62 ਸਾਲ ਤੱਕ ਹੋ ਗਿਆ, 62 ਸਾਲਾਂ ਦਾ 60 ਕੇ ਬੁਢੇਪਾ ਆਵੇ। ਇਹ ਵੀ ਕਿਹਾ ਸਤਿਗੁਰਾਂ ਨੇ ਕਿ 60 ਸਾਲ ਦੇ ਵਿੱਚ ਬੁਢੇਪਾ ਆ ਜਾਂਦਾ ਹੈ। 30 ਵਰਸ਼ ਕਸ਼ ਦੇਵ ਨਾ ਪੂਜਾ, ਅਬ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਬੁਝੰਗ ਬਲਿਓ। ਮੇਰੀ ਮੇਰੀ ਕਰਦੇ ਸਾਰਾ ਜਨਮ ਬਤੀਤ ਹੋ ਗਿਆ, ਅਤੇ ਜਿੰਨਾ ਚਿਰ ਮੇਰਾ ਮੇਰਾ ਛੱਡ ਕੇ ਤੇਰਾ ਤੇਰਾ ਨਹੀਂ ਨਾ ਕਰਦਾ, ਉਹਨਾਂ ਚਿਰ ਇਹ ਮਾਰਗ ਤੋਂ ਭਟਕਿਆ ਹੋਇਆ ਹੈ। ਸਮਰਪਣ ਭਾਵ, ਸਮਰਪਣ ਕਰ ਦਿੱਤਾ ਨਾ ਉਹਨਾਂ ਆਪਣਾ ਆਪ, ਅਤੇ ਕੀ ਤਿਆਗ ਦਿੱਤਾ, ਮੇਰਾ ਮੇਰਾ ਛੱਡ ਦਿੱਤਾ। ਜਬ ਲਗ ਮੇਰੀ ਮੇਰੀ ਕਰੇ
तब लग काज एक नहीं सरे। जो मिट जाती है तो फिर सारे कार्य सतगुरु आप सवार लैंदा है। तो समर्पण भाव आपां कुछ सीखना है अज उन्हां दे जीवन तो कि उन्हां दे अंदर की कला सी, कैड़ी शक्ति आ गई उन्हां दे अंदर, उन्हां दे अंदर परमात्मा दी कृपा ऐसी होई कि उन्हां दे अंदरों जिहड़ा अहंकार सी वह दूर हो गया तो गुरु दे समर्पण हो गए, सारा कुछ गुरु नूं अर्पण कर दिता। अर्पण तो आपां भी करते हाँ, पर अर्पण करके फिर चक लेंदे हाँ। मत्था टेकण दा यही तो है, मत्था आपां किस वास्ते टेकदे हाँ कि सतगुरु अज तो मत्था आप जी दा है, भाव ये दिमाग मैं ताडे अनुसार चलेगा, मेरा दिमाग मेरा नहीं चलेगा। यही तो चाल निराली है ना भगतां की, भगतां की चाल निराली, गुरसिख मीत चलो गुर चाली। गुरु की चाली कि ये भी सतगुरां दे वचन आप पढ़ते सुनते रहते हैं ना, गुरसिख मीत चलो गुर चाली। हे गुरसिख मेरे मित्रा, गुरु दे चाली ते चल। ते गुरु दी चाल केड़ी आ, जो गुर कहे सोई भल मन हो, हर हर कथा निराली। जो गुरु कहिंदा उसनू भला करके मनना, यही चाल आ, यही मार्ग आ, यही रस्ता है। एक जगह होर सतगुरां दे बड़े सुंदर वचन आपां हर रोज़ पढ़ते होवांगे, जिहड़े नितनेमी बैठे हन। सतगुरु जी श्री गुरु नानक देव महाराज के बड़े सुंदर वचन हैं कि जाए पुछो सुहागणी वाह है, किन्नी बाती सौ पाई है इस सुहागणी दी, ते एक दुहागणी दी वार्तालाप चलदी है। एक मिली होई सखी, आपां सारे ही परमात्मा रूपी पति दियां जीव रूपी इस्त्रियां हाँ। जिवें एक इस्त्री अपने पति नूं मिलण वास्ते हर समय तांग रहिंदी है, उसकी विछोड़ा झल्लिया नहीं जांदा, ऐसी कहिंदे तांग हो जावे। जो परमात्मा रूपी पति आ ना, उस नूं मिलण दी ऐसी तांग होवे, ते उह तांग पुछदी है मिली होई सखी नूं, जाए पुछो सुहागणी वाह है। सुहागणियां तो जा करके जिहड़ी अजे मिली नहीं है जीव रूपी स्त्री, संतां रूपी सहेलियां तो जा करके पुछदी है, वाहे दा अर्थ है उन्हां तो। जाए पुछो सुहागणी वाह है, किन्नी बाती सोह पाई है, वो किहड़ियां बातां हन, वो किहड़ियां गल्लां हन, वो किहड़े वचन हन जिहड़े वचनां करके सोह पाई है। अपन जिहड़ा सोह है मतलब पति है जिहड़ा परमेश्वर है, उस नूं पाईदा है, वो किहड़ा वचन है, वो किहड़ियां बातां हन। जाए पुछो सुहागणी वाह है, किन्नी बाती सोह पाई है। जाए पुछो सुहागणी वाह है, किन्नी बाती सोह पाई है। जो कुछ करे सो भला कर मानिए, हिकमत हुक्म चकाई है। ये श्री सतगुरु नानक देव महाराज जी कह रहे हैं, जो कुछ करे सो भला कर मानिए, कि जो पति करता है, जो परमेश्वर करता है, उसनों भला करके जानना। भाव जो कुछ हो रहा है वह परमात्मा की रजा विच रह करके उन्हें सत करके मनना, भाणा मनना। इथों का अध्यात्मिक मार्ग प्रारंभ हुंदा है, जपजी साहब की प्रारंभता इथों ही तो है। आपां पहली पौड़ी सारे ही जानते हाँ, सारा कुछ गिणा करके व्याख्या का समय नहीं है। आप हर रोज़ पढ़ते हैं, पहली पौड़ी का पाठ आप सारे करते हाँ, पर सारा कुछ गिणा करके जो जिज्ञासु ने पूछा, फिर किव कूड़ है टुटे पाल, जड़ी कूड़ की कंध है भरम का पड़ता है, फिर किवें टुटेगा। जे केवल मौन रहन नाल नहीं टुटेगा, बहुतियां सियाणपां होण नाल नहीं टुटेगा, केवल भुखे रहन नाल नहीं टुटेगा, तो फिर टुटेगा कैसे। किव कूड़ है टुटे पाल, कूड़ की पाल किवें टुटेगी। तो यही तो सतगुरां ने कहा कि हुक्म रजाई चलना नानक लिखिया नाल,
ਜਿਹੜਾ ਪਰਮਾਤਮਾ ਹੈ, ਜਿਹੜਾ ਰਜਾਈ ਹੈ, ਜਿਹੜੀ ਜਿਹਦੀ ਰਜਾ ਵਿੱਚ ਰਹਿ ਕਰਕੇ ਉਸਦੇ ਹੁਕਮ ਨੂੰ ਜਿਸ ਨੇ ਪਛਾਣ ਲਿਆ ਹੈ, ਜਿਸ ਨੂੰ ਉਸਦੇ ਹੁਕਮ ਵਿੱਚ ਰਹਿਣ ਦੀ ਜਾਂਚ ਆ ਗਈ ਹੈ, ਉਹ ਜਿਉਂਦਾ ਹੋਇਆ ਮੁਕਤ ਹੋ ਜਾਂਦਾ ਹੈ। ਇਹ ਵਚਨ ਆਪਾਂ ਪੜ੍ਹਦੇ ਹਾਂ ਨਾ ਗੁਰੂ ਅਰਜਨ ਦੇਵ ਜੀ ਦੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹੀ ਜੀਵਨ ਮੁਕਤ ਕਹਾਉਂਦਾ ਹੈ ਜੋ ਪ੍ਰਭੂ ਦੀ ਆਗਿਆ ਵਿੱਚ ਰਹਿੰਦਾ ਹੈ। ਅਤੇ ਜਿਹੜਾ ਆਗਿਆ ਵਿੱਚ ਰਹਿਣਾ, ਜਿਸ ਨੂੰ ਆ ਗਿਆ, ਉਸ ਦੀ ਨਿਸ਼ਾਨੀ ਕੀ ਹੈ, ਉਸ ਦੀ ਨਿਸ਼ਾਨੀ ਵੀ ਦੱਸਦੇ ਹਨ ਸਤਿਗੁਰੂ ਜੀ। ਤੈਸਾ ਹਰਖ ਤੈਸਾ ਉਸ ਸੋਗ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਕੌਣ ਕਹਾਉਂਦਾ ਹੈ? ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਉਹ ਜਿਉਂਦਾ ਮੁਕਤ ਹੋ ਜਾਂਦਾ ਹੈ, ਪਰ ਚੱਲਣਾ ਕਿੱਥੋਂ ਹੈ? ਚੱਲਣਾ ਹੈ ਸਮਰਪਣ ਤੋਂ, ਹੁਕਮ ਤੋਂ ਚੱਲਣਾ ਹੈ। ਜੋ ਕਿਛ ਕਰੈ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਜਿਹੜੀ ਆਪਣੀ ਹਿਕਮਤ ਦਾ ਅਰਥ ਹੈ ਚਲਾਕੀ, ਸਿਆਣਪ ਜਿਹੜੀ ਹੈ, ਜਿਹੜਾ ਆਪਣਾ ਹੁਕਮ ਹੈ ਉਸਨੂੰ ਚੁਕਾਈਏ, ਮਤਲਬ ਸਮਾਪਤ ਕਰ ਦੇਈਏ। ਹਿਕਮਤ ਹੁਕਮ ਚੁਕਾਈਐ, ਜਾ ਕੇ ਪ੍ਰੇਮ ਪਦਾਰਥ ਪਾਈਐ, ਤਉ ਚਰਣੀ ਚਿੱਤ ਲਾਈਐ, ਸਹੋ ਕਹੇ ਸੋ ਕੀਜੈ। ਜੋ ਸਹੋ ਕਹਿੰਦਾ ਹੈ ਨਾ, ਜੋ ਪਰਮਾਤਮਾ ਰੂਪੀ ਪਤੀ ਕਹਿੰਦਾ ਹੈ, ਉਹ ਕਰਨ ਲੱਗ ਪਵੇ। ਸਹੋ ਕਹੇ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ। ਆਪਣਾ ਤਨ ਮਨ ਅਰਪਣ ਕਰਨ ਰੂਪੀ ਪਰਮਲ ਲਾਵੇ। ਪਰਮਲ ਕਹਿੰਦੇ ਹਨ ਸੁਗੰਧੀ ਨੂੰ, ਕਹਿੰਦੇ ਐਸੀ ਸੁਗੰਧੀ ਲਾਵੇ, ਬਾਹਰ ਦੀਆਂ ਸੁਗੰਧੀਆਂ ਕਰਕੇ ਪਰਮਾਤਮਾ ਰੂਪੀ ਪਤੀ ਜਿਹੜਾ ਪ੍ਰਸੰਨ ਨਹੀਂ ਹੋਣ ਵਾਲਾ। ਪਰਮਾਤਮਾ ਰੂਪੀ ਪਤੀ ਦੀ ਖੁਸ਼ੀ ਕਦੋਂ ਮਿਲੇਗੀ? ਜਦੋਂ ਤਨ ਮਨ ਧਨ ਸੌਂਪਣਾ ਰੂਪੀ ਜਦੋਂ ਤੂੰ ਸ਼ਿੰਗਾਰ ਕਰੇਂਗਾ, ਐਸਾ ਪਰਮਲ ਲਾਈਐ। ਏਵ ਕਹੇ ਹੈ ਸੁਹਾਗਣੀ ਭੈਣੇ, ਇੰਨੀ ਬਾਤੀ ਸਹੁ ਪਾਈਐ। ਆਪ ਹੀ ਪ੍ਰਸ਼ਨ ਕਰਦੇ ਹਨ ਸਤਿਗੁਰੂ ਜੀ ਜਿਗਿਆਸੂ ਬਣ ਕੇ, ਅਤੇ ਆਪ ਹੀ ਗਿਆਨਵਾਨ ਹੋ ਕਰਕੇ ਉੱਤਰ ਦਿੰਦੇ ਹਨ। ਪੁੱਛਦੇ ਕਿਹੜੇ ਬਚਨ ਕਰਾਂ, ਕਿਹੜੀਆਂ ਬਾਤਾਂ ਕਰਾਂ, ਕੈਸੀਆਂ ਕਹਾਣੀਆਂ ਸੁਣਾਵਾਂ। ਸਤਿਗੁਰੂ ਜੀ ਕਹਿੰਦੇ ਇਹ ਕਹਾਣੀਆਂ ਸੁਣਾਉਣ ਲੱਗ ਪੈ, ਪਰਮਾਤਮਾ ਦੇ ਭਾਣੇ ਵਿੱਚ ਰਹਿਣਾ ਤੈਨੂੰ ਆ ਜਾਏ, ਅਤੇ ਪਰਮਾਤਮਾ ਰੂਪੀ ਪਤੀ ਤੇਰੇ ਤੋਂ ਦੂਰ ਨਹੀਂ, ਉਹ ਤੇਰੇ ਅੰਦਰ ਹੀ ਹੈ। ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ, ਘਰ ਹੀ ਅੰਮ੍ਰਿਤ ਮੈਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਨ ਮੁੱਖਾ ਸਾਧਨ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਉਹ ਘਰੋਂ ਹੀ ਪ੍ਰਗਟ ਹੋ ਜਾਵੇਗਾ, ਪਰ ਲੋੜ ਆ ਉਸਨੂੰ ਸਮਰਪਣ ਹੋਣ ਦੀ, ਉਸ ਦੀ ਮੰਨਣ ਦੀ। ਉਸਨੂੰ ਤਾਂ ਆਪਾਂ ਬਹੁਤ ਮੰਨਦੇ ਹਾਂ, ਗੁਰੂ ਨੂੰ ਆਪਾਂ ਬਹੁਤ ਮੰਨਦੇ ਹਾਂ ਕਹਿਣ ਕਹਿਣ ਵਿੱਚ, ਪਰ ਗੁਰੂ ਦੀ ਆਪਾਂ ਨਹੀਂ ਮੰਨਦੇ। ਜਦੋਂ ਆਪਾਂ ਨੂੰ ਗੁਰੂ ਦੀ ਮੰਨਣੀ ਆ ਗਈ, ਉਦੋਂ ਸਾਰੇ ਮੰਨ ਜਾਣਗੇ, ਫਿਰ ਕੋਈ ਵੀ ਨਹੀਂ ਰੁੱਸਿਆ ਰਹੇਗਾ। ਪਰ ਤਾਂ ਸਰਵੱਤਰ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਜਾਣਗੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤਾਂ ਐਸੀ ਬਿਰਤੀ ਬਣ ਜਾਏਗੀ, ਨਾਮਦੇਵ ਜੀ ਜੈਸੀ, ਕਬੀਰ ਜੈਸੀ, ਸ੍ਰੀ ਗੁਰੂ ਨਾਨਕ ਦੇਵ ਜੀ ਜੈਸੀ ਬਿਰਤੀ ਸਾਡੀ ਵੀ ਬਣ ਜਾਏਗੀ। ਪਰ ਜਿਸ ਮਾਰਗ 'ਤੇ ਉਹ ਚੱਲੇ ਹਨ, ਉਹ ਸਾਨੂੰ ਮਾਰਗ ਦਰਸਾ ਕੇ ਗਏ ਹਨ, ਆਪਾਂ ਨੂੰ ਸਾਰਾ ਗਿਆਨ ਦੇ ਕਰਕੇ ਗਏ ਹਨ। ਇੰਨੇ ਭਾਰਤ ਦੀ ਭੂਮੀ ਆ, ਵੱਡੇ ਵੱਡੇ ਰਿਸ਼ੀ ਮੁਨੀ ਪੈਗੰਬਰ ਅਵਤਾਰ ਮੁਨੀ ਔਲੀਏ ਇਹ ਧਰਤੀ 'ਤੇ ਆਏ, ਗੁਰੂ ਪੀਰਾਂ ਦੀ ਧਰਤੀ ਹੈ। ਇੰਨਾ ਖਜ਼ਾਨਾ ਸਾਡੇ ਕੋਲ ਪਿਆ ਹੋਇਆ, ਐਡਾ ਵੱਡਾ ਗਿਆਨ, ਵੇਦਾਂ ਦਾ ਗਿਆਨ ਇੱਥੇ ਪਿਆ ਹੋਇਆ, ਸਿਮਰਤੀਆਂ ਦਾ ਗਿਆਨ, ਪੁਰਾਣਾਂ ਦਾ ਪੁਰਾਣ, ਸ਼ਾਸਤਰਾਂ ਦਾ ਗਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ, ਰਮਾਇਣ ਜੀ ਦਾ ਗਿਆਨ, ਭਾਗਵਤ ਜੀ ਦਾ ਗਿਆਨ, ਇੰਨਾ ਗਿਆਨ ਸਾਡੇ ਕੋਲ ਭੰਡਾਰ ਪਏ ਹਨ ਭਰੇ। ਪਰ ਖੋਜ ਤਾਂ ਆਪਾਂ ਕਰਨੀ ਹੈ, ਗ੍ਰਹਿਣ ਤਾਂ ਆਪਾਂ ਕਰਨਾ ਹੈ। ਸੋ ਸਤਿਗੁਰ ਕਿਰਪਾ ਕਰਨ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ, ਜੈਸਾ ਉਹਨਾਂ ਦਾ ਜੀਵਨ ਸੀ ਸਮਰਪਣ ਭਾਵ ਵਾਲਾ, ਸਾਡੇ ਅੰਦਰ ਵੀ ਸਮਰਪਣ ਭਾਵ ਆ ਜਾਏ।
ਅਤੇ ਆਪਣਾ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਰਾਜ ਦਾ, ਜਿਨ੍ਹਾਂ ਨੇ ਆਪਣਾ ਸੀਸ 'ਤੇ ਹੱਥ ਰੱਖ ਕਰਕੇ ਆਪਣੇ ਚਾਰ ਵਚਨ ਇਸ ਦਾਸ ਦੇ ਮੁੱਖੋਂ ਕਢਵਾਏ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।